ਓ ਜੀ ਗੁਲਗੁਲੇ ਆਪਾਂ ਬਣਾ ਲਏ ਆ। ਸਾਰੇ ਜਣ ਕਮੈਂਟ ਕਰਕੇ ਜਰੂਰ ਦੱਸੋ ਵੀ ਬਾਹੂ ਨੂੰ ਕੀ ਬਦਲਾ ਲੱਗਿਆ। ਐ ਹੱਥ ਜਿਹੜਾ ਮਾਰੀ ਆ ਸਿੱਧੀ ਹੋ ਕੇ ਗੁਲਗੁਲੇ ਬਣਾ ਦੇ। ਤੈਨੂੰ ਪਤਾ ਨੀ ਤੇਰੇ ਤੇ ਗੇਮ ਲੱਗ ਗਈ, ਇਹਨੇ ਬਹਾਨੇ ਨਾਲ ਤੈਨੂੰ ਲਾਉਣਾ ਸੀ ਨਾਲ। ਐਵਰੀਵਨ ਵੈਲਕਮ ਬੈਕ ਟੂ ਆਪਣੇ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਵਲੌਗ, ਤੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਅਸੀਂ ਹੋਲੀ, ਤੁਹਾਨੂੰ ਪਤਾ ਆਪਾਂ ਇੰਨੀ ਜ਼ਿਆਦਾ ਹੋਲੀ ਖੇਲੀ, ਮੈਂ ਤਾਂ ਰੰਗੀ ਪਈ ਆ ਸਾਰੀ। ਉੱਦਾਂ ਤਾਂ ਕੁਛ ਕਰਾਉਣਾ ਨਹੀਂ ਹੁੰਦਾ ਫੇਸ ਤੇ, ਮੈਂ ਕਿਹਾ ਕਲੀਨਜਿੰਗ ਕਰਾ ਦੋ, ਇੱਕ ਇੰਨਾ ਜ਼ਿਆਦਾ ਸਿਰ ਦਰਦ ਕਰ ਰਿਹਾ। ਤੇ ਆਪਾਂ ਅੱਜ ਆਏ ਸੀ, ਅੱਜ ਦਾ ਦਿਨ ਹੀ, ਇੱਥੇ ਕੱਲ੍ਹ ਨੂੰ ਫਿਰ ਅਸੀਂ ਜਾਣਾ ਹੁਸ਼ਿਆਰਪੁਰ, ਤੇ ਸਾਨੂੰ ਕੰਮ ਆ ਇੱਕ ਦੋ, ਆਪਾਂ ਨਾਲ ਧੂਰੀ ਜਾਣਾ ਕੰਮ ਕਰੇ, ਨਾਲੇ ਕਲੀਨਜਿੰਗ ਕਰਾ ਕੇ ਆਉਣੀ ਆਪਣੀ। ਹਾਂਜੀ, ਤੇ ਲਾਇਆ ਤੁਹਾਨੂੰ ਮੰਮੀ ਹੋਣਾ ਨਾਲ, ਤੁਸੀਂ ਪਿਛਲੇ ਵਲੌਗ 'ਚ ਦੇਖ ਹੀ ਲੈਣਾ, ਤੇ ਮਿਲਾਉਣਾ ਮੰਮੀ ਹੋਣਾ ਨਾਲ ਵੀ। ਤੇ ਪਹਿਲਾਂ ਆਪਾਂ ਜਾਣਾ ਸਲੂਨ, ਪਤਾ ਹੀ ਆ ਨਾ, ਦੇਖ ਲਾ ਨਹੀਂ ਥੱਕਿਆ, ਕਰਾ ਲਿਆ ਕੀ ਕਰਾਉਣਾ। ਕਰਾਉਣ ਵਾਲੇ ਬੰਦੇ ਉਹ ਬੈਠੇ ਹੈਗੇ, ਉਹਨਾਂ ਨੂੰ ਪਤਾ ਹੋਣਾ ਰੰਗ ਹੀ ਇੰਨਾ ਪੱਕਾ ਲੈ ਕੇ ਆਇਆ ਭਰਾਵਾ, ਫੇਸ ਤੋਂ ਉਤਰ ਗਿਆ ਗਰਦਨ ਤੋਂ ਫਿਰ ਰਹਿ ਗਿਆ। ਐਮ ਲਗਜ਼ਰੀ ਸਲੂਨ ਤੇ ਜੈਨੂਇਨ ਪ੍ਰਾਈਸ ਹੈ, ਸਾਰਿਆਂ ਨੂੰ ਪਤਾ ਹੀ ਹੈਗਾ, ਜ਼ਰੂਰ ਆਓ ਵਿਜ਼ਿਟ ਕਰੋ ਇੱਕ ਵਾਰੀ, ਵਿਜ਼ਿਟ ਕਰੋ ਸਾਡੇ ਤੇ। ਇਹ ਤਾਂ ਕੋਈ ਆਫ ਜੇ ਸਾਡਾ ਨਾਮ ਲਵੇ 50% ਆਫ ਆ ਜੀ, ਵੀ ਸਾਡਾ ਨਾਮ ਲੈ ਕੇ ਆਊਗਾ, ਪਤਾ ਹੀ ਨਹੀਂ ਉਦਾਂ 50 ਸਾਡੇ ਕਰਕੇ 60 ਹੋ ਜਾਊਗਾ ਚੱਕੋ। 60% ਆਫ ਆ ਬਈ, ਆ ਜਾ ਫਿਰ ਹੁਣ ਤਾਂ ਆਉਣਾ ਬਣਦਾ, ਹੁਣ ਤਾਂ ਬਣਦਾ ਆਉਣਾ। ਉਹ ਜੀ ਸਰਵਿਸ ਤੁਸੀਂ ਲੈ ਲਈ ਆ, ਏਮਸ ਲਗਜ਼ਰੀ ਸਲੂਨ ਖਣੀਆਂ ਪੈ ਰਹੀਆਂ ਨਹੀਂ ਇੱਥੇ ਕਿਵੇਂ, ਅੱਛਾ ਬਾਬੂ ਪੈ ਰਹੀਆਂ ਹੈ ਰੋਟੀ ਨੀ ਖਾਧੀ, ਅਸੀਂ ਇੱਥੇ ਲੈ ਖਾਧੀ, ਦਾਣਾ ਪਾਣੀ ਇੱਥੇ ਲੈ ਖਾਧੀ, ਮਿਲੋ ਹੁਣ ਇੱਧਰ ਬਾਬਲੀ, ਮੈਂ ਤਾਂ ਘੁੰਮਿਆ ਤੁਹਾਨੂੰ ਕੁਛ ਨੂੰ ਬਾਬਲੂ ਚ ਬਦਲਾ ਜਾ ਲੱਗਦਾ, ਸਾਰੇ ਜਣੇ ਕਮੈਂਟ ਕਰਕੇ ਦੱਸਿਓ, ਹਾਂ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸੋ ਵੀ ਬਾਹੂ ਨੂੰ ਤੁਹਾਨੂੰ ਕੀ ਬਦਲਾ ਲੱਗਿਆ। ਤਾਂ ਹੀ ਖੇਡਦਾ ਅੱਜ ਭਾਜੀ, ਪੂਰਾ ਦਿਨ ਅੰਦਰ ਹੀ ਰਿਹਾ ਆਪਾਂ, ਤਾਂ ਹੀ ਰਾਤ ਨੂੰ ਮਿਲਣ ਆਏ ਆ, ਭਾਜੀ ਅੱਜ ਬਾਹਰ ਨਹੀਂ ਗਏ। ਚਲੀਏ ਹੁਣ, ਲੈ ਵੀ ਹੁਣ ਆਪਾਂ ਚੱਲਦੇ ਆ, ਚੰਗਾ ਵੀ ਮਿਲਦੇ ਆ ਫਿਰ ਹਫ਼ਤੇ ਬਾਅਦ, ਕਹਿੰਦਾ ਬਹਿ ਜਾ ਚੱਲੀਏ। ਕਹਿੰਦੇ ਸੰਤਰੇ, ਸੰਤਰੇ ਦਾ ਹਾਂ ਸੰਤਰੇ ਦੇ ਯੂਸ ਦੇ ਵਿੱਚ ਕਹਿੰਦੇ ਅਨਾਰ ਵੀ ਵਧ ਆਪਾਂ, ਕਹਿੰਦੇ ਸਭ ਤੋਂ ਡਿਫਰੈਂਟ ਚੱਲਣਾ ਵਾ, ਚੱਕੋ ਫਿਰ। ਇਹ ਪੀ ਰਹੀ ਆ ਬਨਾਨਾ ਕੇਕ, ਮੈਂ ਪੀ ਲਿਆ ਔਰੇਂਜ ਜੂਸ, ਤੇ ਸਾਡੇ ਆਈਸਕ੍ਰੀਮ, ਹਾਂ 9:30 ਹੋ ਗਏ ਹੁਣ, ਅਸੀਂ ਜਾਣਾ ਘਰ, ਜਾ ਕੇ ਮਿਲਾਂਗੇ। ਰਸਤੇ 'ਚ ਆਪਾਂ ਸਮਾਨ ਲੈਣਾ ਸੀ ਪਰ ਹੁਣ ਸਾਰੀਆਂ ਸ਼ੋਪ ਬੰਦ ਹੋ ਗਈਆਂ, ਆਹੀ ਇੱਕ ਜਿਹੜੀ 11 ਵਜੇ ਤੱਕ ਖੁੱਲ੍ਹੀ ਹੁੰਦੀ ਆ, ਹਾਂ 11 ਵਜੇ ਤੱਕ ਖੁੱਲ੍ਹੀ ਹੁੰਦੀ ਹੈ। ਆਓ ਸਾਰੇ ਜਣੇ ਜੂਸ ਪੀਓ, ਦੌੜੇ ਦੌੜੇ ਆਏ ਕਿ ਮੈਂ ਜੂਸ ਪੀਊ, ਉਹ ਤੱਕ ਆਪਾਂ ਸ਼ੇਕ ਨਹੀਂ ਪੀਂਦੇ, ਮੈਂ ਰੋਟੀ ਨਾ ਰੱਜ ਲਿਆ, ਰੱਜਵੀਂ ਰੋਟੀ ਖਾ ਕੇ ਆਂਟੀ ਕੋਲ, ਮੈਂ ਟਾਈਮ ਵੀ ਮੈਂ ਕਿੰਨਾ ਹੋ ਗਿਆ, ਫੇਰ ਹੀ ਰੋਟੀ ਖਾਧੀ ਨਹੀਂ।
ਲੋ ਜੀ ਹੁਣ ਅਸੀਂ ਆ ਗਏ ਸੀ ਘਰ ਤੇ ਹੁਣ ਅਸੀਂ ਬਣਾਉਣੇ ਆ ਗੁਲਗੁਲੇ। ਗੁਲਗੁਲੇ ਸਾਡੇ ਮਗਰੋਂ ਮੰਮੀ ਨੇ ਗੁਹਾਰਾ ਹੋਰ ਭਰਤਾ। ਇਹ ਵੀ ਸਾਰੀਆਂ ਪਾਥੀਆਂ ਉੱਪਰ ਲਗਾਉਣ ਵਾਲੀਆਂ। ਤੇ ਅੱਜ ਅਸੀਂ ਪਕਾਉਣਾ ਥੰਬ ਕਿਉਂਕਿ ਸਵੇਰੇ ਜਾਣਾ ਮੱਥਾ ਟੇਕਣ, ਉਹਦੇ ਵਾਸਤੇ ਬਣਾਉਣੇ ਆ ਗੁਲਗੁਲੇ। ਰੈਸਪੀ ਸ਼ੇਅਰ ਕੀਤੀ ਜਾਵੇ। ਆਟਾ ਨਾ ਆਟੇ ਨੂੰ ਛਾਣ ਕੇ ਪਹਿਲਾਂ ਚੰਗੀ ਤਰ੍ਹਾਂ ਕੀ ਪਾਇਆ ਵਿੱਚ ਘਿਓ ਪਾ ਕੇ ਚੰਗੀ ਤਰ੍ਹਾਂ ਇਹਦਾ ਮਿਕਸ ਕਰ ਲੈਣਾ। ਮਿੱਠਾ ਸੋਡਾ ਵੀ ਪਾ ਸਕਦੇ ਬਟ ਸਾਡਾ ਤਾਂ ਪਹਿਲਾਂ ਲੱਗਿਆ ਰਹਿੰਦੀਆਂ ਨੇ ਤਾਂ ਕਰਕੇ ਅਸੀਂ ਪਾਈ ਨਹੀਂ। ਪਾਣੀ ਲਵਾਂ ਪਾਣੀ ਤੇ ਜਿਹੜਾ ਪਾਣੀ ਉਹਦੇ ਵਿੱਚ ਆਪਾਂ ਸ਼ੱਕਰ ਆ ਉਹਨੂੰ ਮਿਕਸ ਕਰ ਲਿਆ ਕਿਉਂਕਿ ਜਿਹੜਾ ਕੋਈ ਵੀ ਹੈ ਨਾ ਕਚਰਾ ਵਗੈਰਾ ਹੋਊਗਾ ਨਿਕਲ ਜੂਗਾ ਇਹਦੇ ਵਿੱਚੋਂ। ਸਮਾਨ ਤਿਆਰ ਕਰ ਲਈਏ ਆਪਾਂ ਹੁਣ। ਮੰਮੀ ਡੈਡੀ ਦੋਨੇ ਜਣੇ ਫਿਲਮ ਦੇਖ ਰਹੇ ਆ। ਮੰਮੀ ਨੂੰ ਅੱਜ ਛੁੱਟੀ ਦੇ ਦੀ। ਮੰਮੀ ਕਹਿੰਦੀ ਮੈਂ ਥੱਕ ਗਈ ਅੱਜ ਮੈਂ ਸਵੇਰ ਦੀ ਉੱਠੀ। ਮੰਮੀ ਤਾਂ ਕਹਿੰਦੀ ਸਵੇਰੇ ਬਣਾ ਕੇ ਲਾਇਆਂਗੇ। ਗੁਲਗੁਲੇ ਲਾਉਂਦੀ ਨੂੰ ਤੇਰੀ ਯਾਦ ਆਈ। ਹੈਂ ਹੋਰ ਮੇਰੇ ਕੋਲ ਗਾਣਾ ਨਹੀਂ ਆ ਗਿਆ। ਹਾਏ ਹਾਏ ਤੇ ਤੂੰ ਕਿੱਥੇ ਆਟਾ ਗੁੰਨਿਆ ਜਾਊ ਜਿਹੜੇ ਹਿਸਾਬ ਨਾਲ ਤੂੰ ਕਰ ਰਹੀ ਆ। ਮੈਂ ਤਾਂ ਆਟਾ ਗੁੰਨ ਹੀ ਨਹੀਂ ਰਹੀ। ਮੰਮੀ ਕੀ ਕਹਿੰਦੀ ਸੀ ਰਵੀ ਤੋਂ ਮੰਗਾ ਲੈਣਾ ਸੀ ਮਿੱਠਾ ਸੋਡਾ। ਅੱਛਾ ਮੈਂ ਕਿਹਾ ਮੰਮੀ ਇੱਧਰ ਕੰਮ ਪਹਿਲਾਂ ਖਰਾਬ ਰਹਿੰਦਾ। ਲੋੜ ਹੀ ਨਹੀਂ ਅੱਗੇ ਆਪਾਂ ਮਿੱਠਾ ਸੋਡਾ ਪਾਉਣੇ ਨੇ ਗੁਲਗੁਲੇ ਚ ਅੱਗੇ ਪਾਏ ਨੀ ਕਦੇ। ਫਿਰ ਮੇਰੇ ਵਾਲੇ ਤਾਂ ਉਹੀ ਪੋਲੇ ਬਥੇਰੇ ਨੇ। ਤੂੰ ਗੁਲਗੁਲੇ ਥੋੜ੍ਹੇ ਦੇਂਗੀ ਤੂੰ ਐਡੇ ਐਡੇ ਗੁਲਗੁਲੀਆਂ ਹੀ ਲਾਹੇਂਗੀ। ਸਵਾਦ ਹੁੰਦੇ ਕਿ ਨਹੀਂ। ਏ ਮੰਮੀ ਬਿਨਾ ਪੂਰ ਨਹੀਂ ਚੜਨੇ ਜਿਵੇਂ ਮੰਮੀ ਬਣਾਉਂਦੀ ਆ ਵੱਡੇ ਵੱਡੇ ਉਹ ਵਾਲੇ। ਆ ਗਈ ਮੰਮੀ। ਆਇਆ ਮੰਮੀ ਥੋੜਾ ਜੀ ਲੈ ਕੇ ਆਓ ਭਾਬੀ। ਮੰਮੀ ਤੇਰੇ ਬਿਨਾ ਪੂਰ ਨਹੀਂ ਚੜਨਾ ਕੰਮ। ਅੱਗ ਮੈਂ ਤਾਂ ਕੀ ਅੱਗ ਸੁਣਿਆ ਨਹੀਂ ਹੈਗਾ ਮੈਨੂੰ। ਫਾਇਰ ਫਾਇਰ ਮੈਂ ਹੱਥ ਹੱਥ ਉਹ ਕਰੂੰਗੀ ਇਹਦੇ ਵਿੱਚ ਕੋਸਾ ਪਾਣੀ ਆ ਗਰਮ ਆ ਧਿਆਨ ਜਿਆਦਾ। ਅੱਗ ਮਾਚੂ ਜੀ ਸੁੱਤੋ ਨਾ। ਹੈ ਨਹੀਂ ਮੈਨੂੰ ਨੀ ਲੱਗਦਾ ਕੰਮ ਸਾਨੂੰ ਲੱਗਿਆ ਕਿਤੇ ਕਾਕੂ ਅੱਗ ਮਚਾਊਗਾ। ਆਜੋ ਆਜੋ ਨਹੀਂ ਤੁਸੀਂ ਅੱਗ ਮਚਾਓ। ਮੈਨੂੰ ਨਹੀਂ ਭਾਲਣੀ ਆਉਂਦੀ ਸੱਚੀ ਭਾਲ। ਮੈਨੂੰ ਤਾਂ ਆਪ ਨਹੀਂ ਆਉਂਦੀ। ਆਜੋ ਮੈਂ ਭੁੱਲ ਗਿਆ ਨਾ ਹਿਸ਼ਿਆਰਪੁਰ ਜਾ ਕੇ ਕਈ ਦਿਨ ਲਾਏ। ਮੈਨੂੰ ਤਾਂ ਆਪ ਨਹੀਂ ਆਉਂਦੀ ਭਾਲ। ਲਓ ਜੀ ਮੰਮੀ ਵੀ ਆ ਗਈ। ਮੰਮੀ ਇਹਨਾਂ ਦੇ ਗੁਲਗੁਲੇ ਬਣ ਜਾਣਗੇ ਦੱਸੀ ਮੈਨੂੰ। ਬਣ ਜਾਣਗੇ। ਓਏ ਮੰਮੀ ਇਹ ਗੁਲਗੁਲੀਆਂ ਮੰਮੀ ਬੇਇੱਜ਼ਤੀ ਨਾ ਕਰਾ ਮੁੰਡੇ ਤੇਰੀ। ਇਹ ਲਾਉਣਗੇ ਗੁਲਗੁਲੀਆਂ ਝੂਠ ਨਾ ਬੋਲੀ ਲਾਉਣਗੇ ਨਾ ਗੁਲਗੁਲੀਆਂ। ਛੋਟੇ ਛੋਟੇ ਬਣਾਵਾਂਗੇ। ਹਾਂ ਫਿਰ ਗੁਲਗੁਲੇ ਤਾਂ ਇਹਨਾਂ ਦੇ ਬਾਹਰ ਦਾ ਕੰਮ ਬਣਾ ਦੇਣਗੇ ਇਹ। ਹਾਂ ਬਣਾ ਕੇ ਦਿਖਾਓ ਲੈ ਵੱਡੇ ਗੁਲਗੁਲੇ ਫਿਰ ਜਿੱਦਾਂ ਮੰਮੀ ਬਣਾਉਂਦੀ ਹੁੰਦੀ ਆ। ਜਿੱਦਾਂ ਮੰਮੀ ਬਣਾਉਂਦੀ ਆ ਉਹ ਗੁਲਗੁਲੇ ਬਣਾ ਕੇ ਦਿਖਾਓ। ਤੁਹਾਨੂੰ ਬਣੇ ਹੋਏ ਚਾਹੀਦੇ ਨੇ ਬਸ ਬਣ ਜਾਵੇ। ਅੱਧੀ ਰਾਤ ਨੂੰ ਬਣਾ ਰਹੇ ਨੇ ਗੁਲਗੁਲੇ। 10:15 ਗੁਲਗੁਲੇ ਬਣਾਉਣ ਲੱਗੇ ਵੀ ਨੇ ਸੰਗਤਾਂ ਕਿਉਂਕਿ ਅੱਜ ਪੱਕਣਾ ਥੰਮ ਕੱਲ ਨੂੰ ਮੱਥਾ ਟੇਕਣਾ ਮਾਈਆਂ ਦਾ। ਕੀ ਰੰਗ ਏ ਹੋਲੀ ਮੰਮੀ ਪਤਾ ਕਿਵੇਂ ਖੋਲੀ ਹੋਲੀ ਕਾਂਵਲਿਆਂ ਵਾਂਗੂ ਇਹ ਹੋਲੀ ਖੇਲੀਆਂ ਨੇ ਹੋਲੀ ਖੇਡਦਾ ਚੰਗਾ ਲੱਗਦਾ। ਮੈਨੂੰ ਚੱਕ ਕੇ ਲੈ ਕੇ ਗਿਆ ਮੰਮੀ ਰੇਤੇ ਚ ਚੱਕ ਕੇ ਸੱਟ ਤਾ ਦੇਖੀ ਹੁਣ ਤੂੰ ਤੂੰ ਫਿਰ ਘੱਟ ਦੀ ਤੂੰ ਕਿਤੇ ਰੇਤਾ ਨੀ ਪਾਇਆ ਹੈ ਤੂੰ ਪਾ ਮੈਂ ਭਾਵੇਂ ਪਹਿਲਾਂ ਰੇਤਾ ਪਾਇਆ।
ਹੈਲੋ ਐਵਰੀਵਨ, ਵੈਲਕਮ ਬੈਕ ਟੂ ਆਪਣੇ ਸਾਰਿਆਂ ਦਾ ਯੂਟਿਊਬ ਚੈਨਲ ਗੁਰਜਸ ਬਲੌਗ। ਯੂਟਿਊਬ ਤੇ ਲਾਈਵ ਹੋਏ ਪਰ ਸਾਨੂੰ ਪਤਾ ਵੀ ਨਹੀਂ ਹੈਗਾ ਲਾਈਵ ਤੇ ਕੀ ਹਿਸਾਬ ਕਿਤਾਬ ਹੁੰਦਾ। ਵਿਚਾਰੇ ਸਾਰੇ ਆਪਣੇ ਵਰਗੇ ਤਾਂ ਦੇਖਦੇ ਨੇ, ਆਪਣੇ ਵਰਗੇ ਮੇਰੇ ਵਰਗੇ ਜਿਹਨਾਂ ਨੂੰ ਪਤਾ ਨਹੀਂ ਹੁੰਦਾ। ਇੱਕ ਲਾਈਕ ਆਇਆਗਾ ਪਰ ਪਹਿਲੀ ਵਾਰ ਅਸੀਂ ਲਾਈਵ ਹੋਇਆ ਪਰ ਸਾਨੂੰ ਪਤਾ ਨਹੀਂ ਹੈਗਾ। ਮੈਸੇਜ ਤਾਂ ਦੋ ਤਿੰਨ ਜਣੇ ਦੇ ਆ ਗਏ। ਮੈਂ ਆ ਗਿਆ ਓਕੇ ਜੀ, ਕੌਣ ਆ ਗਿਆ ਜੀ? ਏ ਆਏ ਹੱਥ ਜਿਹੜਾ ਮਾਰੀ ਆ ਸਿੱਧੀ ਹੋ ਕੇ ਗੁਲਗੁਲੇ ਬਣਾ ਦੇ। ਜੇ ਗੁਲਗੁਲੇ ਤਾਂ ਛੋਟੇ ਲਾਏ ਤੇਰੇ ਲੱਪੜ ਪੈਣਗੇ, ਵੱਡੇ ਗੁਲਗੁਲੇ ਲਾਉਣੇ ਆ। ਮੰਮੀ ਨੂੰ ਬੁਲਾ ਲਾ, ਕੀ ਗੁਲਗੁਲੇ ਮੈਂ ਲਾਉਣੇ ਕਿ ਤੂੰ ਲਿਆ? ਚੱਲ ਚੱਲ ਮੈਂ ਲੈ ਕੇ ਆਉਂਦਾ। ਮੰਮੀ ਦੀ ਲਿਆਂਦੀ ਵੀ ਛਾਣ ਲਈ ਲੈ ਲਈ ਤੂੰ। ਪਹਿਲੀ ਵਾਰ ਲਾਈਵ ਹੋਇਆ ਪਰ ਪਤਾ ਸਕਦਾ ਕੁਛ ਨਹੀਂ ਹੈਗਾ। ਹੈਲੋ ਕਹਿੰਦੇ, ਹੈਲੋ ਆਂਟੀ ਜੀ, ਸਾਸਰੀਕਾਲ ਭਾਈ। ਮੰਮੀ ਕਹਿੰਦੀ ਹਾਂ, ਮੰਮੀ ਨੇ ਮਾਰੀ ਮੱਥੇ ਸਾਸਰੀਕਾਲ ਸਾਰਿਆਂ ਦੇ। ਕਾਜਲ ਹਾਂਜੀ ਬੋਲੋ, ਕਾਜਲ ਹਾਂਜੀ ਹਾਂਜੀ, ਹੁਸ਼ਿਆਰਪੁਰ ਮਿਲ ਲਿਓ ਸਾਨੂੰ, ਆਪਾਂ ਕੱਲ ਹੁਸ਼ਿਆਰਪੁਰ ਜਾਣਾ। ਅੱਛਾ, ਮੈਂ ਵੀ ਗੁਲਗੁਲੇ ਬਣਾ ਤੇ ਸਵੇਰੇ ਅਸੀਂ ਵੀ ਮੱਥਾ ਟੇਕਣ ਜਾਣਾ। ਅਸੀਂ ਵੀ ਸਵੇਰੇ ਮੱਥਾ ਟੇਕਣ ਜਾਣਾ। ਚੱਲ ਹੁਣ ਪਾ ਦੇ ਵਿੱਚ ਗੁਲਗੁਲੇ। ਤੁਸੀਂ ਦਿਨ ਚੜੀ ਜਾਣਾ ਮੱਥਾ, ਕੱਲ ਨੂੰ ਟੇਕਣਾ ਉਦੋਂ ਨੂੰ ਲਾ ਦਾਂਗੇ। ਕੱਲ ਨੂੰ ਦਿਨ ਚੜੇ ਕਿੱਥੇ ਜਾਣਾ? ਕੱਲ ਨੂੰ ਦਿਨ ਤੁਹਾਡੇ ਥੋੜੀ ਜਾਣਾ, ਅਸੀਂ 8-9 ਵਜੇ ਨਿਕਲ ਜਾਣਾ। ਕੱਲ ਕਾਲਜ ਜਾਣਾ ਸਵੇਰੇ, ਕਾਲਜ ਜਾਣਾ ਤਾਂ ਟੇਕ ਹੀ ਆਉਂਦੇ ਉਦੋਂ ਨੂੰ ਵੀ ਤੜਕੇ ਦੋ ਪੂਰਾ ਨੂੰ ਕੀ ਲੱਗਦਾ ਤੀ। ਹੋਰ ਉਸਨੇ ਕਿਉਂ ਹਜੇ ਕੱਚਾ ਹਾਲੇ? ਕਿਵੇਂ ਮੰਮੀ ਤੇਰੀ ਕਾਲੀ ਜੀਭ ਆ ਗਈ? ਮੈਨੂੰ ਪਤਾ ਤੇ ਤੋਂ ਬਣਨੇ ਨਹੀਂ, ਇਹ ਮੰਮੀ ਬਿਨਾ ਤੁਹਾਡੇ ਤੋਂ ਕੁਛ ਨਹੀਂ ਹੋਣਾ। ਨਹੀਂ ਪਤਲੇ ਕਰਦੀ ਰੁਕ। ਹਾਂ ਉਹ ਕਿੱਥੇ ਕੇ ਪਾਣੀ ਆਏਗਾ? ਉਹ ਅੰਦਰ ਰਸਤੇ ਮੈਂ ਫਿਰ ਮਿੱਠਾ ਨਾ ਘਟ ਜੇ। ਉਹ ਗਾਣਾ ਸੁਣਿਆ, ਮਾਂ ਹੁੰਦੀ ਐ ਮਾਂ ਓ ਦੁਨੀਆ ਵਾਲਿਓ। ਇਹ ਤੋਂ ਹੁਣ ਮੈਂ ਲਾਉਣ ਨਹੀਂ ਦਿੰਦੀ, ਪਰ ਵੀ ਇਹ ਨਹੀਂ ਲਾਏ ਤੇ ਮੈਨੂੰ ਕਹਿੰਦੀ ਪਰਾਂ ਹੋ ਜਾ ਮਾਪੀ ਲਾਉਂਗੀ। ਮੰਮੀ ਆ ਸਰਾਣੇ ਆ ਕੇ ਖੜ ਗਿਆ ਸੀ ਨਾ, ਲੈ ਫਿਰ ਇਹਦਾ ਕੀ ਪੜਸਾਮਾ ਪੈ ਗਿਆ। ਹਾਂ ਜੀਭ ਆ ਵਧੀ ਕਾਲੀ, ਨੁਕਸ ਦੂਜੇ ਚ। ਵੱਡੇ ਵੱਡੀ ਵਧੀਆ ਬਣਨਗੇ। ਚੱਲ ਕੋਈ ਨਾ, ਲਾ ਲਓ ਵੱਡਿਆਂ ਨੂੰ ਕੀ ਛੋਟੇ ਖਾਣੀ ਨਹੀਂ, ਛੋਟੇ ਗੋਲ ਗੋਲ ਕਰ ਲਾ ਐਂ ਕਰਕੇ, ਐਂ ਲਾ ਤੂੰ ਗੱਗਾ ਫਟਾਫਟ। ਉਹ ਦੂਜੀ ਤਰ੍ਹਾਂ ਸਹੀ ਰਹਿਣੀ ਮੰਮੀ, ਹੋਰ ਨਾਲ ਛੇਤੀ ਪੱਕ ਜਾਣਗੇ। ਹੋਰ ਇਹ ਤਾਂ 2 ਘੰਟੇ ਡਬਲ ਰੋਟੀਆਂ ਜੀ ਬਣ ਜਾਣੀਆਂ। ਲੈ ਕੇ ਆਵਾਂ? ਕੱਢ ਦੋ ਹੂੰ, ਸਭ ਬਣ ਜਾਣੇ ਡਬਲ ਰੋਟੀਆਂ। ਜ਼ਿਆਦਾ ਨਾ ਪਾਣੀ ਲਾਉਂਦੀਆਂ ਨੇ, ਥੰਮੋ ਬੱਚੀਆਂ ਡਬਲ ਰੋਟੀਆਂ। ਹਾਂ ਉਧਰ ਬਾਬਲੂ ਕਹਿੰਦਾ ਮੈਨੂੰ ਵੀ ਗੋਲਗਲੇ ਖਵਾ ਦਿਓ, ਮੈਨੂੰ ਨੀ ਲੱਗਦਾ ਇਹ ਖਵਾ ਦੇਣਗੀਆਂ। ਗੁੱਸਾ ਹੋਇਆ ਪਿਆ ਮੈਨੂੰ ਤਾਂ, ਮੈਂ ਤਾਂ ਆਇਆ ਨਹੀਂ ਹੈਗਾ ਕਾਹ ਦਿਨ ਹੋ ਗਏ। ਮੈਂ ਕਹੂੰਗਾ ਮੈਂ ਮਾਤਾ ਨੂੰ ਮਿਲ ਕੇ ਆਉਂਗਾ। ਹਾਂ ਮਾਤਾ ਦੇਖਦੀ ਹੈ ਨਹੀਂ, ਮਾਤਾ ਦੇਖਦੀ ਨਹੀਂ ਹੈ। ਮਾਤਾ ਰਾਣੀ ਦਾ ਪਹਿਲਾ ਪੱਕਾ ਕਰਦਾ। ਆਈ ਪਾ ਦੋ ਚਾਰ ਹੋਰ, ਆਈ ਪਾ ਦੋ ਪੂਰ ਲਾ ਦੇ, ਸਹੀ ਤਾਂ ਬਣ ਦੇਵੇ। ਕਿੰਨੇ ਵਜੇ ਤਾਂ ਬਣੇ? ਅਸੀਂ ਤੇ ਵਿੱਚ ਘਿਓ ਪਾ ਦੇ ਜੇ ਤੇ ਪਾਣੀ ਨਾਲ ਲਾ ਦੇ, ਪਾਣੀ ਨਾਲ ਪਾਣੀ ਨਾਲ ਹੈ। ਮੇਰਾ ਉਧਰ ਮੈਚ ਵੀ ਚੱਲਦਾ ਪਿਆ ਵੀ, ਬਸ ਕਰ ਤੂੰ। ਉਹ 4 ਆਊਟ ਹੋ ਗਏ ਮੰਮੀ, ਵਿਰਾਟ ਕੋਹਲੀ ਖੜਿਆ ਪਰ ਹਾਲੇ।
ਮੰਮੀ ਤੈਨੂੰ ਪਤਾ ਨੀ ਤੇਰੇ ਤੇ ਗੇਮ ਲੱਗ ਗਈ, ਇਹਨੇ ਬਹਾਨੇ ਨਾਲ ਤੈਨੂੰ ਲਾਉਣਾ ਸੀ ਨਾਲ। ਹਾਂ ਮੋਣ ਸਾਹਿਬ ਕੀ ਲੈਣ ਗਏ ਖੰਡ ਹੋਰ ਸਰ ਗਿਆ ਉਹਦੇ ਮੰਮੀ ਲੱਗ ਗਈ ਹੋ ਗਈ ਸ਼ੁਰੂ ਮੈਨੂੰ ਖਵਾ ਦੋ ਫਿਰ ਮੋਟੇ ਮੋਟੇ ਹੁੰਦੇ ਗੋਲ ਗੋਲ ਵੱਡੇ ਵੱਡੇ ਗੋਲ ਗੋਲ ਹੁੰਦੇ ਲੰਬੂ ਜੇ ਨੀ ਹੁੰਦੇ ਪਾਣੀ ਰੱਖਿਆ ਕਰਾਂਗਾ ਨੋਕਸੀ ਕੱਢੀ ਹੋਣੀ ਸਾਡੇ ਚ ਗੁਰਗਲੇ ਦੇਖ ਵੀ ਫੁੱਲ ਦੇ ਇੰਨਾ ਕੀ ਬਹੁਤਾ ਹੈ ਜੇ ਬਾਅਦ ਚੋਂ ਦੇਖ ਲਾਂਗੇ ਗੁਰਗਲੇ ਦੇਖ ਵੀ ਫੁੱਲ ਦੇ ਨੇ ਕੀ ਹੁੰਦਾ ਇਦਾਂ ਕਰਿਓ ਮੰਮੀ ਕਰੇ ਪੈਰ ਕਰੇ ਮੰਮੀ ਤੈਨੂੰ ਕਮੈਂਟ ਆਇਆ ਮਨਨੀਤ ਕੌਰ ਦਾ ਕਹਿੰਦੇ ਅੰਕਲ ਆਂਟੀ ਕਿੰਨੇ ਵਧੀਆ ਨੇ ਕੀ ਕਹਿਣਾ ਚਾਹਵੇਂਗੀ ਥੈਂਕ ਯੂ ਮੰਮੀ ਅੱਗੇ ਤੂੰ ਸਲਾਈ ਜੀ ਨਾਲ ਨੀ ਚੱਕ ਦਿੰਦੀ ਇਹਦੇ ਵਿੱਚੋਂ ਗੁਲਗੁਲੇ ਸਲਾਈ ਨਾਲ ਚੱਕਦੀ ਕਿਉਂਕਿ ਜਿਹੜੀ ਤਕਲੇ ਹੁੰਦੇ ਤਕਲੇ ਤਕਲਾ ਲੰਮਾ ਜਿਹਾ ਹੁੰਦਾ ਜੀ ਲੋਹੇ ਇਹਦਾ ਚਰਖੇ ਚ ਚਰਖੇ ਚ ਤੰਦ ਪਾਉਂਦੇ ਨੇ ਮੈਂ ਦੇਖਿਆ ਕਿੰਨੇ ਸੋਹਣੇ ਫੁੱਲਦੇ ਨੇ ਬੋਹਣੇ ਹਾਂ ਸਹੀ ਆ ਬੋਹਣੇ ਕੀ ਕਰਤਾ ਦੇਖੋ ਬਿਨਾ ਮਿੱਠੇ ਸੋਡੇ ਤੋਂ ਮੰਮੀ ਨੇ ਗੁਲਗੁਲੇ ਫੁਲਾਤੇ ਤੇਰੇ ਕਾਰਨਾਮੇ ਨੀ ਹੈਗੇ ਵੀ ਇਹ ਤੇਰੇ ਮੂੰਹੋਂ ਹੋ ਗਏ ਹੋਏ ਹੈਗੇ ਇਹ ਮੰਮੀ ਨੇ ਪੇੜਾ ਕੀਤਾ ਇਹ ਮੰਮੀ ਨੇ ਪੇੜਾ ਕੀਤਾ ਤਾਂ ਫੁੱਲਿਆ ਹਨਾ ਕੁਛ ਨੀ ਬਣਨਾ ਗਾਹਾਂ ਜਾ ਕੇ ਵੀ ਇਹ ਜਿਹੇ ਲੱਲਰ ਲਾਉਣੇ ਹੈ ਤੁਸੀਂ ਤਾਂ ਦੂਜੇ ਲੋਟ ਲਾਹੋਗੇ ਯਾਰ ਮੈਂ ਤਾਂ ਚੱਲਿਆ ਲੈ ਮੰਮੀ ਤੁਸੀਂ ਬਣਾ ਦੇਣਾ ਬਲੌਗ ਮੈਂ ਤਾਂ ਚੱਲ ਨੋ ਜੀ ਪਹਿਲਾ ਪਲਾਨ ਸਾਡਾ ਹੋ ਗਿਆ ਸੀ ਫੇਲ ਉਹਦਾ ਵੀ ਵਧੀਆ ਬਣਿਆ ਹੁਣ ਬਿਲਕੁਲ ਪਤਲੇ ਆਟੇ ਦੇ ਬਣਾਉਣੇ ਆ ਛੋਟੇ ਕਹਿੰਦੇ ਪਤਲਾ ਕਰ ਹੀ ਲਿਆ ਆਪਾਂ ਬਸ ਬਾਬਾ ਜੀ ਵਧੀਆ ਬਣ ਜੇ ਸਾਡੀ ਇੱਜ਼ਤ ਰੱਖ ਲਈ ਪਾਣੀ ਵੀ ਲੈ ਕੇ ਵਾ ਜੀ ਹੁਣ ਮੈਂ ਲਾ ਕੇ ਰੱਖਦਾ ਯਾਰ ਨਹੀਂ ਪਾ ਦਿੱਤਾ ਹੁਣ ਨਿੱਕੇ ਨਿੱਕੇ ਪ੍ਰਭ ਮੰਗੂ ਮੰਮੀ ਕਹੀ ਜੇ ਗੱਲਾਂ ਕਰਦੇ ਪਏ ਹੋ ਯਾਰ ਉਹਦੇ ਕੀ ਹਰੇ ਗੱਲ ਚ ਉਹ ਯਾਰ ਮੰਮੀ ਕਿੱਦਾਂ ਦੀਆਂ ਗੱਲਾਂ ਕਰਦੇ ਪਏ ਹੋ ਪਕੌੜਿਆਂ ਕੋ ਸਿੱਟੀ ਆ ਲਵੇ ਲਾ ਲਾ ਪ੍ਰਾਂਤ ਆਉਂਦਾ ਮਾੜੇ ਮਾੜੇ ਬੱਚਾ ਲੱਗੇ ਚੱਲ ਫੁੱਲ ਤਾਂ ਇਹ ਵੀ ਵਧੀਆ ਰਹੇ ਨੇ ਲਓ ਜੀ ਇਹ ਲੱਗ ਰਹੇ ਆ ਗੁਲਗੁਲੇ ਦੇਖਣ ਤੋਂ ਜੋਰ ਪੂਰਾ ਲੱਗਿਆ ਪਿਆ
ਚਿਸ਼ਤ ਆਪਾਂ ਪੂਰੀ ਖਾ ਰਹੇ ਹਾਂ ਵਧੀਆ ਬਣ ਜੇ ਮੰਮੀ ਮਾਤਾ ਰਾਣੀ ਵਾਲਾ ਕੱਢ ਕੇ ਹਜੇ ਲਾ ਤਾ ਲਵੋ ਬਹੁਤ ਨੇ ਆ ਤਾਂ ਪਹਿਲਾਂ ਸਾਬਾ ਭਰ ਦਿਓ ਫਿਰ ਸਾਲ 'ਚ ਬਣਾ ਲਿਓ ਆ ਤਾਂ ਬਹੁਤ ਨੇ ਆਟਾ ਬਹੁਤ ਆ ਨਾ ਨਾ ਸਹੀ ਹੈ ਥੋੜ੍ਹੀ ਥੋੜ੍ਹੀ ਅੱਗ 'ਤੇ ਬਣ ਜਾਂਦੇ ਨਾਲ ਇਹਦੇ ਵਿੱਚ ਪਤਾ ਕੀ ਹੈ ਮੰਮੀ ਨਾਲ ਤਾਂ ਆਟਾ ਘੱਟ ਲਾਦਾ ਇਹਦਾ ਹਾਂ ਉਹ ਦੂਸਰੇ ਲੋਟ ਨਾਲ ਤਾਂ ਆਟਾ ਵੱਧ ਲਾਦਾ ਨਾਲੇ ਟਾਈਮ ਵੱਧ ਲਾਦਾ ਰੁਕ ਜਾ ਜੀ ਮਰਜ਼ੀ ਪਹਿਲਾਂ ਥੋੜਾ ਜਿਹਾ ਚਿਰ ਪਹਿਲਾਂ ਨਾ ਗੁੰਨ ਕੇ ਰੱਖਦੇ ਆਟਾ ਫੇਰ ਮਣਦੇ ਨੇ ਪੋਲੇ ਵਾਲੇ ਨਾਲੇ ਆਟਾ ਟਿਕ ਜਾਂਦਾ ਰੋਟੀ ਵਾਲੀ ਹਿਸਾਬ ਹੈ ਇਹਦਾ ਵੀ ਹੌਲੀ ਹੌਲੀ ਕੰਮ ਫਤਿਹ ਕਰ ਲਿਆ ਮੈਂ ਸਿੱਖੀ ਦੀ ਨਾ ਸਾਰੇ ਪੇੜੇ ਕਰਕੇ ਗੋਲ ਗੋਲ ਫਿਰ ਬਣਾਏ ਗੋਲ ਗੋਲ ਗੁਲਗੁਲੇ ਘਨੌਰ ਵਾਲੇ ਹੱਥ ਚੱਟਦੇ ਰਹੇ ਬਣਾਏ ਫਿਰ ਪਹਿਲਾਂ ਗੋਲ ਲਾ ਲੈਂਦੀ ਦੱਸਿਆ ਫਿਰ ਮਾੜਾ ਪੇੜੇ ਘਰ ਲਏ ਗੋਲ ਗੋਲ ਜਿਵੇਂ ਤੈਨੂੰ ਕਿਹਾ ਦੱਸਿਆ ਵੀ ਬਣਾਈਆਂ ਫਿਰ ਉਹ ਵੀ ਪੂਰੀਆਂ ਵਾਂਗੂ ਲਾਹੇ ਗੋਲ ਗੋਲ ਆਟਾ ਗੁੰਨ ਕੇ ਰੱਖਤਾ ਮੈਂ ਆਟਾ ਗੁੰਨ ਕੇ ਫਿਰ ਤੋਂ ਪੇੜੇ ਬਣਾ ਲਏ ਸਾਰਿਆਂ ਦੇ ਜੇ ਪੂਰੀਆਂ ਨਹੀਂ ਬਣਾ ਲੈਂਦੇ ਪੂਰੀਆਂ ਦੇ ਗੋਲ ਬਣਾ ਲੈਂਦੇ ਪੇੜੇ ਗੋਵੇ ਬਣਾ ਕੇ ਪੇੜੀਆਂ ਦੱਬ ਦੱਬ ਪਾ ਦੀਆਂ ਫਿਰ ਚੱਕ ਕੇ ਇੰਨਾ ਕੁ ਤਾਂ ਲੱਖਣਾ ਹੈਗਾ ਵਾ ਜੇ ਜਲ ਚੜੇ ਨਹੀਂ ਚੜਦੇ ਤਾਂ ਦੇਖ ਲਿਆ ਹਾਂ ਮੰਮੀ ਦਾ ਡਾਇਲੋਗ ਲੈ ਮੰਮੀ ਹੁਣ ਤਾਂ ਤੇਰੇ ਜਵਾਕ ਵੀ ਜੰਨ ਚੜ ਗਏ ਹਜੇ ਤੈਨੇ ਜੰਨ ਚੜੀ ਨਹੀਂ ਹੈਗੀ ਤੂੰ ਹੈ ਹੱਦ ਕਰਦੀ ਆ ਹੈ ਮੰਮੀ ਪੁਰਾਣੀਆਂ ਹੱਡ ਬੀਤੀਆਂ ਸੁਣਾ ਜੀ ਵੀ ਕਿਸੇ ਨੇ ਸਿਖਾਈ ਨੀ ਕੋਈ ਨੀ ਬੀਬੀ ਬਥੇਰੀ ਲਾਉਂਦੀ ਹੁੰਦੀ ਸਾਨੂੰ ਲੱਗੇ ਲੱਗਣ ਕਦੇ ਬੀਬੀ ਨੇ ਹੋਰ ਸਾਰੇ ਕੰਮ ਕਰਾਏ ਨੇ ਅਸੀਂ ਨਾ ਡੱਬਾ ਦੇ ਕੇ ਗਏ ਸੀ ਨਾ ਕੋਈ ਉਹਦੇ ਵਿੱਚ ਚਮਚਮ ਸੀ ਬੀਬੀ ਨੇ ਪਤਾ ਕੀ ਕਰਨਾ ਨਾ ਡੱਬੇ ਚ ਲਗੋ ਕੇ ਨਾ ਸਟੀਲ ਦੇ ਡੱਬੇ ਚ ਕਣਕ ਵਾਲਾ ਢੋਲ ਤੋਂ ਉੱਪਰ ਰੱਖਤਾ ਜਦੋਂ ਅਸੀਂ ਅਗਲੀ ਵਾਰ ਛੁੱਟੀਆਂ ਤੇ ਗਏ ਨਾ ਮੈਂ ਦੇਖਿਆ ਸਫਾਈ ਜੀ ਕਰਨ ਲੱਗ ਮਾਸੀ ਕਹਿੰਦੀ ਸਫਾਈ ਕਰਾ ਦੇ ਉਹ ਡੱਬਾ ਜਿਹਾ ਦੇਖਿਆ ਮੁਸਕੋ ਮਾਰੇ ਕੀੜੀ ਵੀ ਨੀ ਲੱਗੀ ਕੋਈ ਮੈਂ ਹੈਰਾਨ ਰਹਿ ਗਿਆ ਮੈਂ ਕਿਹਾ ਲੈ ਹਜੇ ਤੱਕ ਬੀਬੀ ਨੇ ਆਹ ਹਜੇ ਤੱਕ ਹੀ ਰੱਖੇ ਪਏ ਨੇਗੇ ਇਹੋ ਜਿਹਾ ਕੁਛ ਕਰਦੀ ਸੀ ਭੁੱਲ ਲੱਗੀ ਨਾਲੇ ਆਪ ਨੂੰ ਦੇਖ ਲਾ ਸ਼ੂਗਰ ਸੀਗੀ ਆਪ ਕਿਹੜਾ ਖਾਣੇ ਹੁੰਦੇ ਸੀਗੇ ਇਹਦੇ ਵਾਸਤੇ ਰੱਖ ਦਿੰਦੇ ਸੀ ਕੋਕ ਲਿਆ ਉਹ ਚਾਹ ਵੀ ਨਹੀਂ ਦਿੰਦੀ ਸੀਗੀ ਕਹਿੰਦੀ ਦੁੱਧ ਗਰਮ ਕਰਨਾ ਤੇ ਮੇਰਾ ਦੁੱਧ ਆਇਆ ਗਾ ਦੁੱਧ ਗਰਮ ਕਰਨਾ ਮਾਸਾ ਤਾਂ ਮੇਰਾ ਦੁੱਧ ਇਹ ਬਹੁਤ ਘੱਟ ਜਾਂਦਾ ਹੁੰਦਾ ਸੀਗਾ ਇਹਨੂੰ ਮਾਮਾ ਕੁੱਟਦਾ ਹੁੰਦਾ ਇਹ ਮਾਮਾ ਕੁੱਟਦਾ ਹੁੰਦਾ ਸੀ ਇਹਨੂੰ ਇਹ ਬਹੁਤ ਘੱਟ ਜਾਂਦਾ ਉਹ ਜੀ ਗੁਲਗੁਲੇ ਆਪਾਂ ਬਣਾ ਲਏ ਆ ਬਾਕੀ ਸਾਰਿਆਂ ਨੇ ਸੌਂ ਗਏ ਸੀ ਆਪ ਹੀ ਟੇਸਟ ਕਰ ਰਹੇ ਬਹੁਤ ਜ਼ਿਆਦਾ ਟੇਸਟੀ ਬਣੇ ਜਿਹੜਾ ਅਸੀਂ ਮੱਥਾ ਟੇਕਣਾ ਉਹ ਆਪਾਂ ਸੁੱਚੇ ਕੱਢ ਕੇ ਰੱਖ ਲਏ ਇਹਦੇ ਵਿੱਚ ਉਹ ਤੋਂ ਬਾਅਦ ਖਾ ਸਕਦੇ ਹਾਂ ਨਾ ਆਪਾਂ ਬਹੁਤ ਜ਼ਿਆਦਾ ਟੇਸਟੀ ਬਣੇ ਹਾਂ ਆਪਾਂ ਟੇਸਟ ਕਰ ਲੈਂਦੇ ਹਾਂ ਸਾਡਾ ਸਬਰ ਹੀ ਲੈ ਜਾਂਦਾ ਮਿੱਠਾ ਬਾਗੀ ਦੀ ਪਸੰਦ ਦਾ ਪਿਆ ਨਾ ਵੱਧ ਨਾ ਘੱਟ ਲਓ ਜੀ ਗੁਲਗੁਲੇ ਆਪਣੇ ਤੇ ਟੇਸਟ ਕਰਕੇ ਦੱਸੋ ਇੰਨੀ ਮਿਹਨਤ ਕੀਤੀ ਆਪਾਂ ਇਹਦਾ ਦੱਸੋ ਕਿੱਦਾਂ ਦੇ ਬਣੇ ਆ ਓਹੋ ਇਹ ਤਾਂ ਦੇਣੇ ਨਹੀਂ ਸੀ
ਤੂੰ ਵੀ ਕਿੰਨਾ ਕਿੱਦਾਂ ਰਹਿਣੇ ਚਾਹ ਪੀਣੀ ਹੈ।